ਮੈਂ ਸ਼ਤੀਸ਼ ਕੁਮਾਰ ਤੁਹਾਡਾ ਸਾਰਿਆਂ ਦਾ SKB ਨਿਊਜ਼ ਚੈਨਲ ਵਿੱਚ ਸਵਾਗਤ ਕਰਦਾ ਹਾਂ। ਆਮ ਆਦਮੀ ਪਾਰਟੀ ਵੱਲੋਂ ਲਗਾਇਆ ਗਿਆ ਫ੍ਰੀ ਉਜਵਲ ਗੈਸ ਕਨੈਕਸ਼ਨ ਕੈਂਪ, ਜ਼ਰੂਰਤਮੰਦ ਮਹਿਲਾਵਾਂ ਵਾਸਤੇ ਗੈਸ ਸਿਲੰਡਰ ਵੰਡੇ ਗਏ, ਜਿਸ ਮੌਕੇ ਪਿੱਪਲ ਚੌਂਕ ਨੇੜੇ ਸੁਰੱਖਿਆ ਹੌਸਪੀਟਲ ਦੇ ਕੋਲ MLA ਰਜਿੰਦਰਪਾਲ ਛੀਨਾ ਜੀ ਪਹੁੰਚੇ ਅਤੇ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਔਰ ਆਪ ਸਭ ਭੈਣੋ ਕੀ ਆਸ ਜੋ ਆਪਣੇ ਇੱਕ ਘੰਟੇ ਡੇਢ ਘੰਟੇ ਦੋ ਘੰਟੇ ਸੇ ਕੋਈ ਵੇਟ ਕਰ ਰਹਾ ਥਾ ਉਨ ਸਭ ਕੀ ਆਸੋਂ ਕੋ ਪੂਰਾ ਕਰਨੇ ਕੇ ਲੀਏ ਔਰ ਆਪ ਸਭ ਕੋ ਸਿਲੰਡਰ ਫ੍ਰੀ ਕਨੈਕਸ਼ਨ ਦੇਣੇ ਕੇ ਲੀਏ ਜੋ ਵਾਦਾ ਕੀਆ ਥਾ ਉਹ ਵਾਦਾ ਅੱਜ ਪੂਰਾ ਕਰਕੇ ਮੈਡਮ ਜਾਏਂਗੇ ਔਰ ਇੱਕ ਇੱਕ ਆਦਮੀ ਕਾ ਜਿਸ ਕਾ ਫਾਰਮ ਭਰਾ ਗਿਆ ਹੈ ਸਭ ਕੋ ਗੈਸ ਸਿਲੰਡਰ ਮਿਲੇਗਾ। ਠੀਕ ਹੈ, ਉਹ ਮੈਡਮ ਕੋ ਮੈਂ ਰਿਸਪੈਕਟਫੁਲੀ ਚਲੋ ਠੀਕ ਹੈ ਜੀ ਓਕੇ।
ਚਲੋ ਜੀ ਹੋ ਗਿਆ। ਭਾਈ ਇੱਕ ਮੁੜਕ ਨਾ ਉੱਥੋਂ ਫੜਾ ਦੇ ਉੱਥੋਂ।